ਅੰਮ੍ਰਿਤਸਰ ਦੇ ਅਟਾਰੀ ਰੇਲਵੇ ਸਟੇਸ਼ਨ ਤੇ ਜੀਆਰਪੀ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਰੇਲਵੇ ਟਰੈਕ ਤੇ ਉਹਨਾਂ ਨੂੰ ਇੱਕ ਬੈਗ ਮਿਲਿਆ ਜਿਸ ਦੇ ਵਿੱਚੋਂ 3 ਕਿਲੋ ਹੈਰਨ ਬਰਾਮਦ ਕੀਤੀ ਗਈ। ਇਹ ਹੈਰਨ ਪਾਕਿਸਤਾਨ ਤੋਂ ਭਾਰਤ ਵਿੱਚ ਸਮਝੌਤਾ ਐਕਸਪ੍ਰੈਸ ਤੋਂ ਬਰਾਮਦ ਕੀਤੀ ਗਈ। ਇਸ ਮੌਕੇ ਤੇ ਜੀਆਰਪੀ ਦੇ ਅਧਿਕਾਰੀ ਨੇ ਕਿਹਾ ਸਮਝੌਤਾ ਐਕਸਪ੍ਰੈਸ ਪਾਕਿਸਤਾਨ ਨੂੰ ਜਾ ਰਹੀ ਸੀਗੀ ਕਰੀਬ 3:30 ਵਜੇ। ਰਸਤੇ 'ਚ ਝਾੜੀਆਂ ਹੀ ਆਉਂਦੀਆਂ ਉੱਥੇ ਆਪਣੇ ਜਵਾਨ ਡਿਊਟੀ ਕਰ ਰਹੇ ਸੀਗੇ। ਉਹਨਾਂ ਦੇਖਿਆ ਕੋਈ ਟ੍ਰੇਨ ਵਿੱਚੋਂ ਕਿਸੇ ਨੇ ਕੋਈ ਬੈਗ ਸੁੱਟਿਆ। ਉਹਨਾਂ ਆਪਣੇ ਨਾਲ ਅਟਾਰੀ ਪੋਸਟ ਗਈ, ਉੱਥੇ ਫੋਨ ਕੀਤਾ ਉਹਨਾਂ। ਉਵੇਂ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚ ਕੇ ਸਰਚ ਕੀਤੀ, ਉੱਥੇ ਇੱਕ ਬੈਗ ਬਰਾਮਦ ਹੋਇਆ ਝਾੜੀਆਂ 'ਚੋਂ, ਅਤੇ ਜਿਹਦੇ 'ਚ ਬਾਅਦ 'ਚੋਂ ਪਤਨੀ ਤੋਂ 3 ਪੈਕਟ ਟੇਪ ਵਾਲੀ ਸੀਗੀ। ਉਹ ਬਾਅਦ 'ਚ ਪਤਾ ਲੱਗਿਆ ਵੀ ਹੀਰੋਇਨ ਬਰਾਮਦ। ਹੋਰ ਵੀ ਕੁਝ ਬਰਾਮਦ ਹੋਇਆ? 2 ਸਿਮ ਸੀਗੇ, ਬਾਅਦ 'ਚੋਂ ਪੈਕਟ ਖੁੱਲ੍ਹਿਆ ਅਤੇ ਇੱਕ ਪੈਕਟ ਦੇ ਨਾਲ ਟੇਪ ਵਿੱਚ ਲਪੇਟੇ ਹੋਏ ਇੱਕ ਮੋਮੀ ਲਿਫਾਫਾ ਸੀਗਾ ਜਿਹਦੇ 'ਚ 2 ਸਿਮ ਸੀ ਪਾਕਿਸਤਾਨ।